ਪਹਿਲਾਂ ਕੁਛ ਵੀ ਨਹੀਂ ਦਿੱਤਾ ਜਾਂਦਾ ਸੀ ਰਾਸ਼ੀ ਰਾਸ਼ੀ ਦੇ ਵਿੱਚ। ਹੁਣ ਅਸੀਂ ਅਨਾਊਂਸ ਕਰਨ ਲੱਗੇ ਹਾਂ ਕਿ ਤਕਰੀਬਨ 30 ਕੇਸ ਆਉਂਦੇ ਆ ਸਾਲ 'ਚ ਕਿ ਐਕਸੀਡੈਂਟ, ਜਵਾਨ ਡਿਊਟੀ 'ਤੇ ਸੀ ਐਕਸੀਡੈਂਟ 'ਚ ਮਰ ਗਿਆ ਜਾਂ ਕਿਤੇ ਕੋਈ ਹੋਰ ਕਾਰਨ ਹੋ ਗਿਆ, ਹਾਰਟ ਅਟੈਕ ਆ ਗਿਆ, ਕਿਉਂਕਿ ਉੱਥੇ ਕੰਮ ਕਰਨਾ -40 ਡਿਗਰੀ ਟੈਂਪਰੇਚਰ 'ਚ ਕਿਤੇ ਕੋਈ ਆਮ ਸਰੀਰ ਦਾ ਕੰਮ ਤਾਂ ਹੈ ਨਹੀਂ ਜੀ। ਉੱਥੇ ਕੋਈ ਬ੍ਰੇਨ ਹੈਮਰੇਜ ਹੋ ਗਿਆ ਜਾਂ ਕੋਈ ਹੋ ਗਿਆ, ਅਸੀਂ ਉਹਨੂੰ ਵੀ ਜਿਹੜਾ ਸ਼ਹੀਦਾਂ ਦਾ ਦਰਜਾ ਦੇਵਾਂਗੇ। 25 ਲੱਖ ਰੁਪਈਆ ਅਸੀਂ ਉਹ 30 ਕੇਸ ਜਿਹੜੇ ਲਗਭਗ 30 ਆਉਂਦੇ ਨੇ ਸਾਲ ਦੇ ਜੋ ਕੀਤਾ, 25 ਲੱਖ ਰੁਪਈਆ ਉਹਨਾਂ ਪਰਿਵਾਰਾਂ ਨੂੰ ਵੀ ਅਸੀਂ ਦੇਵਾਂਗੇ ਕਿ ਤਾਂ ਕਿ ਥੋੜ੍ਹਾ ਬਹੁਤ ਆਰਥਿਕਤਾ ਨੂੰ ਹੁਲਾਰਾ ਮਿਲ ਜੇ। ਅਤੇ ਜਿਹੜੇ ਫੌਜੀ ਜਵਾਨ ਜੰਗ ਦੇ ਵਿੱਚ ਜ਼ਖਮੀ ਹੋ ਜਾਂਦੇ ਆ ਉਹਨਾਂ ਵਾਸਤੇ ਜਿਹੜੇ 76% ਤੋਂ 100% ਜ਼ਖਮ ਨਕਾਰਾ ਹੋ ਗਏ ਸਨ, ਐਕਸਗ੍ਰੇਸ਼ੀਆ ਉਹਨਾਂ ਦਾ ਪਹਿਲਾਂ 20 ਲੱਖ ਸੀਗਾ, ਉਹਨੂੰ ਅਸੀਂ 40 ਲੱਖ ਕਰ ਰਹੇ ਹਾਂ। 20 ਲੱਖ ਨੂੰ ਵਧਾ ਕੇ 76 ਤੋਂ 100 ਤੱਕ ਜਿਹੜਾ ਉਹ ਫੌਜ ਤੈਅ ਕਰਦੀ ਹੈ ਕਿ ਕਿੰਨੇ ਪਰਸੈਂਟ ਹੈ। ਫੌਜ ਦੇ ਆਪਣੇ ਹੋਸਪਿਟਲ ਨੇ, ਫੌਜ ਦੇ ਆਪਣੇ ਡਾਕਟਰ ਨੇ। 51 ਤੋਂ 75% ਜਿਹੜੇ ਸੈਨਿਕ ਜ਼ਖਮੀ ਨੇ, ਨਕਾਰਾ ਉਹਨਾਂ ਦੇ ਸਰੀਰ ਹੋ ਗਏ, ਪਹਿਲਾਂ 10 ਲੱਖ ਸੀਗਾ ਉਹਨੂੰ 20 ਲੱਖ ਕਰ ਰਹੇ ਹਾਂ। ਅਤੇ 25 ਤੋਂ 50 ਵਾਸਤੇ 5 ਲੱਖ ਸੀਗਾ ਉਹਨੂੰ 10 ਕਰ ਰਹੇ ਹਾਂ। ਅਤੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਨੌਨ ਪੈਨਸ਼ਨਰ ਸਾਬਕਾ ਸੈਨਿਕ ਅਤੇ ਉਹਨਾਂ ਦੀਆਂ ਵਿਧਵਾਵਾਂ ਨੂੰ ਜਿਹੜੀ ਮਾਲੀ ਸਹਾਇਤਾ ਮਿਲਦੀ ਸੀ ਉਹ 6000 ਰੁਪਏ ਮਹੀਨਾ ਸੀ, ਉਹਨੂੰ ਅਸੀਂ 10000 ਰੁਪਏ ਮਹੀਨਾ ਕਰ ਰਹੇ। ਹੁਣ ਜਿਹੜੀਆਂ ਫਿਜ਼ੀਕਲ ਕੈਜੂਅਲਟੀਜ਼ ਨੇ ਇਹਨੂੰ 25 ਲੱਖ ਕਰ ਰਹੇ ਹਾਂ, ਤਾਂ 4.25 ਕਰੋੜ ਆਹ ਥੋੜ੍ਹਾ ਜਿਹਾ ਬਦਲਣ ਵਾਲੀਆਂ ਚੀਜ਼ਾਂ ਨੇ, ਹੌਲੀ ਹੌਲੀ ਬਦਲ ਦਾਂਗੇ। ਕਿਉਂਕਿ ਅਫਸਰ ਜਿਹੜੇ ਨੇ ਨਾ ਉਹਨਾਂ ਨੇ ਇੱਕ ਕਟੇਰੀਆ ਬਣਾਇਆ ਹੋਇਆ ਲਿਖਣ ਦਾ, 4.25 ਕਰੋੜ ਰੁਪਈਏ ਸਾਲਾਨਾ ਵਿੱਤੀ ਬੋਝ ਪਵੇਗਾ। ਬੋਝ ਥੋੜ੍ਹੀ ਹੈ, ਮਤਲਬ ਬੋਝ ਲਫ਼ਜ਼ ਨਹੀਂ ਵਰਤਣਾ ਚਾਹੀਦਾ। 4.25 ਕਰੋੜ ਸਾਲਾਨਾ ਸ਼ਹੀਦਾਂ 'ਤੇ ਖਰਚ ਹੋਊਗਾ, ਪੈਸਾ ਤਾਂ ਸਾਡਾ ਹੀ ਆ, ਉਹ ਸ਼ਹੀਦਾਂ 'ਤੇ ਖਰਚ ਬੋਝ ਕਿਉਂ ਮੰਨਦੇ ਅਸੀਂ ਉਹਨੂੰ? ਇਹਦਾ ਮਤਲਬ ਸ਼ਹੀਦਾਂ ਨੂੰ ਪੈਸੇ ਦੇਣ ਨੂੰ ਬੋਝ ਮੰਨਦੇ ਹਾਂ ਅਸੀਂ? ਮਾਣ ਸਨਮਾਨ ਦਿੱਤਾ ਜਾਊਗਾ, ਉਹਨਾਂ ਨੂੰ ਪ੍ਰਣਾਮ ਕੀਤਾ ਜਾਊਗਾ ਉਹਨਾਂ ਦੀ ਕੁਰਬਾਨੀ ਨੂੰ। ਨਕਾਰਾ ਸੈਨਿਕਾਂ ਵਾਲੀ ਜਿਹੜੀ ਹੈ ਉਹ 'ਚ 1 ਕਰੋੜ ਰੁਪਈਏ ਦਾ ਮਾਣ ਸਨਮਾਨ ਦਿੱਤਾ ਜਾਊਗਾ ਖਜ਼ਾਨੇ 'ਚੋਂ। ਅਤੇ ਜਿਹੜੀ 10000 ਦੀ ਫਸਟ ਐਂਡ ਸੈਕਿੰਡ ਵਰਲਡ ਵਾਰ ਵਾਲੀ ਹੈ ਉਹ 'ਚ 2.75 ਕਰੋੜ ਰੁਪਈਆ ਮਾਣ ਸਨਮਾਨ ਹੈ। ਇਹ ਸਰਕਾਰਾਂ ਲਈ ਕੁਛ ਨਹੀਂ ਹੁੰਦਾ ਜੀ, ਕੁਰਬਾਨੀ ਦੇ ਮੁਕਾਬਲੇ ਤਾਂ ਕੁਛ ਵੀ ਨਹੀਂ ਹੈ। ਸੋ ਮੈਂ ਸਲਾਮ ਕਰਦਾ ਉਹਨਾਂ ਮਾਵਾਂ ਨੂੰ, ਸਲਾਮ ਕਰਦਾ ਉਹਨਾਂ ਪਰਿਵਾਰਾਂ ਨੂੰ, ਪਹਿਲਾਂ ਤਾਂ ਜਿਨ੍ਹਾਂ ਨੇ ਪੁੱਤ ਸਰੂ ਵਰਗੇ ਕੱਦਾਂ ਵਰਗੇ ਪੁੱਤ, ਕਿਉਂਕਿ ਕੱਦ ਮਿਣ ਕੇ ਛਾਤੀ ਮਿਣ ਕੇ ਹੀ ਉੱਥੇ ਜਾਂਦੇ ਨੇ। ਇਹ ਨਹੀਂ ਹੈਗਾ ਕਿ ਕੋਈ ਰਹੇ ਖੋਏ ਵੀ ਚੱਲ ਬਾਕੀ ਆਹ ਰਹਿ ਗਿਆ ਇਹਨੂੰ ਫੌਜ 'ਚ ਕਰ ਦਿਉ ਨਾ, ਜਿਹੜਾ ਬੈਸਟ ਹੈ ਉਹ ਫੌਜ 'ਚ ਜਾਂਦਾ। ਤੁਸੀਂ ਆਪਣੇ ਪੁੱਤ ਭੇਜੇ ਉੱਥੇ, ਕਿਸੇ ਦਾ ਵਿਆਹ ਹੋਇਆ ਸੀ, ਕਿਸੇ ਦਾ ਥੋੜ੍ਹਾ ਟਾਈਮ ਰਹਿੰਦਾ ਸੀ, ਹੋਣ ਨੂੰ ਬੜੀਆਂ ਸਟੋਰੀਆਂ ਸੁਣਨ ਨੂੰ ਮਿਲਦੀਆਂ ਨੇ, ਪਰ ਹਮੇਸ਼ਾ ਅਸੀਂ ਖੜ੍ਹੇ ਹਾਂ